ਅੱਜ ਆਪਾਂ ਗੱਲ ਕਰਾਂਗੇ ਸਪਰੈਡ ਬਾਰੇ। ਸਪਰੈਡ ਦਾ ਮਤਲਬ, ਜੇ ਮੈਂ ਸਿੰਪਲ ਭਾਸ਼ਾ ਸਮਝਾਵਾਂ, ਜਿਹੜੀਆਂ ਤੁਸੀਂ ਐਪ ਸਾਈਨ ਕਰਦੇ ਆ ਜਿੱਥੇ ਉਹ ਕਹਿੰਦੇ ਆ ਕਿ ਤੁਹਾਨੂੰ ਨੋ ਫੀਸ, ਤੁਸੀਂ ਸ਼ੇਅਰ ਬਾਏ ਕਰ ਸਕਦੇ ਆ, ਨੋ ਫੀਸ ਟ੍ਰੇਡਿੰਗ ਕਰ ਸਕਦੇ ਆ, ਉਹ ਐਕਚੁਅਲੀ ਨੋ ਫੀਸ ਨਹੀਂ ਹੁੰਦੀ ਹੈਗੀ। ਉਹ ਐਕਚੁਅਲੀ ਇੱਕ ਲਿਟਲ ਜੀ ਗਿਮਿਕ ਹੁੰਦੀ, ਜਿੱਥੇ ਉਹ ਐਵਰੀ ਟ੍ਰੇਡ ਦੇ ਵਿੱਚ ਤੁਹਾਨੂੰ ਇੱਕ ਫੀਸ ਚਾਰਜ ਕਰਦੇ ਆ, ਜਿਹੜੀ ਫੀਸ ਨੂੰ ਅਸੀਂ ਸਪਰੈਡ ਦੇ ਬਿਟਵੀਨ ਐਡਜਸਟ ਕਰਦੇ ਆ। ਸਪਰੈਡ ਦਾ ਮਤਲਬ ਇਹ ਹੁੰਦਾ ਆ, ਜਿੱਦਾਂ ਫੋਰ ਐਗਜ਼ਾਮਪਲ, ਇਹ ਜਿੱਦਾਂ ਤੁਸੀਂ ਇੱਕ ਬਿਡ ਕਰਦੇ ਆ, ਬਿਡ ਜਿਹਨੂੰ ਅਸੀਂ, ਮੈਂ ਤਾਂ ਪਹਿਲੇ ਲੈਸਨ 'ਚ ਦੱਸਿਆ ਸੀ, ਬਿਡ ਦਾ ਮਤਲਬ ਜਦੋਂ ਤੁਸੀਂ ਕਰੰਸੀ ਨੂੰ ਸੈਲ ਕਰਨਾ ਹੋਵੇ, ਰਾਈਟ? ਤੇ ਇੱਕ ਹੁੰਦੀ ਆਸਕ ਪ੍ਰਾਈਸ, ਬਿਡ ਪ੍ਰਾਈਸ ਐਂਡ ਆਸਕ ਪ੍ਰਾਈਸ। ਜਿਹੜਾ ਬਿਡ ਪ੍ਰਾਈਸ ਤੇ ਆਸਕ ਪ੍ਰਾਈਸ ਦੇ ਵਿੱਚ ਆਲਵੇਸ ਅ ਲਿਟਲ ਡਿਫਰੈਂਸ ਹੁੰਦਾ ਆ ਦੋਨਾਂ ਦੇ ਵਿੱਚ। ਜਦੋਂ ਤੁਸੀਂ ਸੈਲ ਕਰਨਾ ਚਾਹੁੰਦੇ ਆ ਤੇ ਬਾਈ ਕਰਨਾ ਚਾਹੁੰਦੇ ਆ, ਐਂਡ ਦੇਰ ਇਜ਼ ਅ ਲਿਟਲ ਬਿਟ ਫਲਕਚੁਏਸ਼ਨ ਬਿਟਵੀਨ, ਉਹਨੂੰ ਅਸੀਂ ਸਪਰੈਡ ਕਹਿੰਦੇ ਆ। ਸਪਰੈਡ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਉਹ ਇੰਨਾ ਕਿ ਛੋਟਾ ਜਿਹਾ ਵੇਰੀਏਬਲ ਆ ਜਿਹਦੇ ਵਿੱਚ ਬਾਏ ਬਿਡ ਪ੍ਰਾਈਸ ਤੇ ਆਸਕ ਪ੍ਰਾਈਸ ਦੇ ਵਿੱਚ ਜਿਹੜੀ ਲਿਮਿਟ ਆ, ਉਹਨੂੰ ਜਿਹੜੇ ਬ੍ਰੋਕਰਸ ਹੁੰਦੇ ਆ ਉਹ ਐਜ਼ ਅ ਫੀਸ ਚਾਰਜ ਕਰਦੇ ਆ ਉਸ ਚੀਜ਼ ਨੂੰ। ਸੋ ਬੇਸਿਕਲੀ ਤੁਸੀਂ ਦੇਖਿਆ ਹੋਣਾ ਕਿ ਕਦੇ ਵੀ ਤੁਸੀਂ ਬਾਏ ਟ੍ਰੇਡ ਓਪਨ ਕਰਨਾ ਹੋਵੇ, ਐਵਰੀ ਟਾਈਮ ਯੂ ਓਪਨ ਅ ਬਾਏ ਟ੍ਰੇਡ, ਉਹ ਹਮੇਸ਼ਾ ਮਾਈਨਸ ਦੇ ਵਿੱਚ ਓਪਨ ਹੁੰਦਾ ਆ, ਉਹ ਕਦੇ ਵੀ ਪਲੱਸ ਦੇ ਵਿੱਚ ਨਹੀਂ ਓਪਨ ਹੁੰਦਾ, ਜਾਂ ਅਨਲੈਸ ਦੇਰ ਇਜ਼ ਅ ਬਿਗ ਵੋਲੇਟਿਲਿਟੀ ਗੋਇੰਗ ਔਨ ਕਿ ਇੱਕਦਮ ਹੀ ਸ਼ੂਟ ਕਰ ਰਹੀ ਆ ਬਾਰਸ। ਅਦਰ ਦੈਨ ਦੈਟ ਉਹ ਹਮੇਸ਼ਾ ਮਾਈਨਸ ਦੇ ਵਿੱਚ ਸ਼ੋ ਕਰਦਾ ਆ, ਔਰ ਜਿਹੜਾ ਉਹ ਮਾਈਨਸ ਦਾ ਸਾਈਨ ਹੁੰਦਾ ਉਹ ਹੁੰਦਾ ਕਿ ਜਿਹੜਾ ਉਹ ਤੁਹਾਡਾ ਜਿਹੜਾ ਟ੍ਰੇਡ ਓਪਨ ਹੋਇਆ ਆ ਬਿਡ, ਸੌਰੀ, ਆਸਕਿੰਗ ਪ੍ਰਾਈਸ ਤੋਂ ਪਹਿਲਾਂ, ਉਹ ਉਹਦਾ ਸਪਰੈਡ ਆ, ਤੇ ਉਹ ਜਿੰਨਾ ਉਹ ਤੁਹਾਨੂੰ ਮਾਈਨਸ ਸ਼ੋ ਕਰ ਰਿਹਾ ਉਹ ਐਕਚੁਅਲੀ ਉਹਦੀ ਫੀਸ ਆ। ਬੇਸਿਕਲੀ ਜਿੰਨੇ ਵੀ ਬ੍ਰੋਕਰ ਹੁੰਦੇ ਆ ਉਹ ਹਰ ਇੱਕ ਸਿੰਗਲ ਟ੍ਰੇਡ ਦੇ ਵਿੱਚ ਜਿਹੜਾ ਤੁਸੀਂ ਟ੍ਰੇਡ ਓਪਨ ਕਰਦੇ ਆ ਜਾਂ ਸੈਲ ਕਰਦੇ ਆ ਉਹਦੇ ਵਿੱਚ ਉਹ ਜਿਹੜਾ ਸਪਰੈਡ ਹੁੰਦਾ ਉਹਦੇ ਬਿਟਵੀਨ ਉਹ ਪੈਸੇ ਬਣਾਉਂਦੇ ਆ। ਸੋ ਇਹ ਉਹਨਾਂ ਦੀ ਫੀਸ ਹੁੰਦੀ ਹੈ। ਐਕਚੁਅਲੀ ਜਦੋਂ ਤੁਹਾਨੂੰ ਕਹਿੰਦੇ ਆ ਕਿ ਉਹ ਫੀਸ ਫ੍ਰੀ ਆ, ਉਹ ਐਕਚੁਅਲੀ ਫੀਸ ਫ੍ਰੀ ਨਹੀਂ, ਉਹ ਚਾਹੇ ਕੰਨ ਇਧਰੋਂ ਫੜ ਲਓ ਤੇ ਚਾਹੇ ਸਿਰ ਦੇ ਉੱਪਰੋਂ ਦੀ ਘੁਮਾ ਕੇ ਫੜ ਲਓ ਤੇ ਚਾਹੇ ਥੱਲਿਓਂ ਦੀ ਫੜ ਲਓ, ਕੰਨੇ ਫੜਾਉਂਦੇ ਆ। ਬਸ ਉਹ ਇੱਕ ਗਿਮਿਕ ਜੀ ਹੁੰਦੀ ਹੈ ਜਿਹਨੂੰ ਫ੍ਰੀ ਕਹਿ ਦਿੰਦੇ ਆ, ਪਰ ਐਕਚੁਅਲੀ ਯੂ ਡੂ ਪੇ ਫੀਸ ਐਵਰੀ ਸਿੰਗਲ ਟ੍ਰੇਡ ਦੇ ਲਈ। ਸੋ ਫੋਰ ਐਗਜ਼ਾਮਪਲ ਆ ਦੇਖੋ, ਹੁਣ ਜਿੱਦਾਂ ਆਪਾਂ, ਮੈਂ ਤੁਹਾਨੂੰ ਦੱਸਿਆ ਸੀ ਕਰੰਸੀ ਦੇ ਪੇਅਰ, ਰਾਈਟ? ਸਾਰਿਆਂ ਨੂੰ ਵੱਡੀ ਜਿਹੜੀ ਬੇਸ ਕਰੰਸੀ ਹੁੰਦੀ ਆ ਤੇ ਕਾਊਂਟਰ ਕਰੰਸੀ, ਜਿਹਨੂੰ ਅਸੀਂ ਉਹਨੂੰ ਕੋਟ ਕਰੰਸੀ ਵੀ ਕਹਿ ਦਿੰਦੇ ਆ, ਤੇ ਉਹਦੀ ਬਿਡ ਪ੍ਰਾਈਸ ਜਿਹੜੀ ਹੁੰਦੀ ਆ ਹਮੇਸ਼ਾ ਜਿਹੜੀ ਫਸਟ ਪ੍ਰਾਈਸ ਹੁੰਦੀ ਆ ਜਦੋਂ ਤੁਸੀਂ ਕੋਈ ਵੀ ਟ੍ਰੇਡ ਓਪਨ ਕਰਦੇ ਆ, ਇਹ ਬਿਡ ਪ੍ਰਾਈਸ ਉਹ ਹੁੰਦੀ ਆ ਜਿਹੜੀ ਤੁਸੀਂ ਉਹਨੂੰ ਟ੍ਰੇਡ ਬਾਏ ਕਰਦੇ ਆ, ਐਂਡ ਦੈਨ ਆਸਕ ਪ੍ਰਾਈਸ ਹੁੰਦੀ ਆ, ਰਾਈਟ? ਜਦੋਂ ਤੁਸੀਂ ਉਹਨੂੰ, ਸੌਰੀ, ਦਿਸ ਇਜ਼ ਆਸਕ ਪ੍ਰਾਈਸ ਜਦੋਂ ਬਾਏ ਕਰਦੇ ਆ, ਦਿਸ ਇਜ਼ ਅ ਬਿਡ ਪ੍ਰਾਈਸ ਜਦੋਂ ਤੁਸੀਂ ਉਹਨੂੰ ਸੈਲ ਕਰਦੇ ਆ। ਸੋ ਇਹਦੇ ਵਿੱਚ ਪਿਪਸ ਹੁੰਦੇ ਆ, ਯੂ ਨੋ, ਲਾਸਟ ਜਿਹੜੇ ਲਾਸਟ ਡੈਸੀਮਲ ਤੋਂ ਬਾਅਦ ਚਾਰ ਨੰਬਰ ਹੁੰਦੇ ਆ, ਲਾਸਟ ਵਨ ਇਜ਼ ਅ ਪਿਪ। ਸੋ ਇੱਕ ਪਿਪ, ਰਾਈਟ? ਐਂਡ ਦੈਨ ਸਪਰੈਡ ਜਿਹੜਾ ਹੁੰਦਾ ਆ, ਹੁਣ ਇਹਦੇ ਦੇਖੋ, ਇਹਦੀ ਬਿਡ ਪ੍ਰਾਈਸ ਜਿਹੜੀ ਆ 1051 ਆ ਤੇ ਆਸਕ ਪ੍ਰਾਈਸ 1053। ਸੋ ਜਿਹੜੀ ਉਹਦੇ ਵਿੱਚ ਡਿਫਰੈਂਸ ਆ ਆਸਕਿੰਗ ਪ੍ਰਾਈਸ ਤੇ ਬਿਡ ਪ੍ਰਾਈਸ ਦੇ ਵਿੱਚ, ਉਹ ਹੈਗਾ 2 ਪਿਪਸ ਦਾ। ਸੋ ਮੀਨਸ 3 ਅਤੇ 1, ਸੋ 3 ਤੋਂ ਕੋਈ 1 ਘਟਾਇਆ 2 ਰਹਿ ਗਿਆ, ਸੋ ਦੈਟਸ 2 ਪਿਪਸ ਇਜ਼ ਦੇ ਬਿਡ ਪ੍ਰਾਈਸ। ਸੋ ਇਹ ਜਿਹੜੀ ਪ੍ਰਾਈਸ ਆ ਉਹਨਾਂ ਦੀ ਫੀਸ ਆ ਤੁਹਾਡਾ ਟ੍ਰੇਡ ਓਪਨ ਕਰਨ ਦੇ ਲਈ। ਸੋ ਹੁਣ ਜੇ ਤੁਹਾਨੂੰ ਕਦੀ ਵੀ ਕੋਈ ਕੁਛ ਕਹੂਗਾ ਕਿ ਉਹ ਇਸ ਫ੍ਰੀ, ਪਰ ਆਲਵੇਸ ਹੈਵ ਇਨ ਯੋਰ ਦਿਮਾਗ ਦੀ ਘੰਟੀ ਓਪਨ ਕਿ ਨਾਓ ਇਟਸ ਨਾਟ ਅ ਫ੍ਰੀ। ਸੋ ਨੋਰਮਲੀ ਜਿਹੜਾ ਸਪਰੈਡ ਹੁੰਦਾ ਉਹ 2 ਤਰ੍ਹਾਂ ਦਾ ਹੁੰਦਾ ਆ, ਸਾਰੀਆਂ ਡਿਫਰੈਂਟ ਟ੍ਰੇਡਰਸ ਜਿਹੜੀ ਬ੍ਰੋਕਰਸ ਆ ਉਹ 2 ਤਰ੍ਹਾਂ ਦਾ ਸਪਰੈਡ ਚਾਰਜ ਕਰਦੇ ਆ। ਇੱਕ ਤਾਂ ਫਿਕਸ ਸਪਰੈਡ ਹੁੰਦਾ ਜਿੱਥੇ ਕੋਈ ਵੀ ਮਾਰਕੀਟ ਦੇ ਵਿੱਚ ਕਿੱਦਾਂ ਵੀ ਵੋਲੇਟਿਲਿਟੀ ਹੋਵੇ, ਜੋ ਮਰਜ਼ੀ ਚੱਲ ਰਿਹਾ ਹੋਵੇ, ਉਹ ਫਿਕਸ ਸਪਰੈਡ ਹੁੰਦਾ ਆ। ਤੁਸੀਂ ਟ੍ਰੇਡ ਓਪਨ ਕਰਨਾ, ਕਲੋਜ਼ ਕਰਨਾ, ਤੁਹਾਨੂੰ ਉਸ ਪਰਮਾਨੈਂਟ ਹੀ ਉਹਨਾਂ ਸਪਰੈਡ ਤੁਹਾਨੂੰ ਉਹ ਚਾਰਜ ਫੀ ਕਰਨਗੇ ਫੀਸ। ਤੇ ਜਿਹੜਾ ਵੇਰੀਏਬਲ ਹੁੰਦਾ ਆ, ਵੇਰੀਏਬਲ ਸਪਰੈਡ ਇਹ ਜਾਂਦਾ ਕਿ ਜਿਹੜਾ ਚੇਂਜ ਹੁੰਦਾ ਰਹਿੰਦਾ ਅਕੋਰਡਿੰਗ ਟੂ ਮਾਰਕੀਟ ਕੰਡੀਸ਼ਨ, ਅਕੋਰਡਿੰਗ ਟੂ ਕਿਹੜਾ ਟ੍ਰੇਡ ਓਪਨ ਕਰਨਾ, ਜਾਂ ਅਕੋਰਡਿੰਗ ਟੂ ਟਾਈਮ ਆਫ ਦ ਡੇ। ਸੋ ਜਿੱਦਾਂ ਮੈਂ ਪਹਿਲੀ ਪਿਕਚਰ ਦੇ ਵਿੱਚ ਤੁਹਾਨੂੰ ਦਿਖਾ ਲਿਆ ਵੀਡੀਓ ਦੇ ਵਿੱਚ ਕਿ ਸਪਰੈਡ ਦੀ ਕੋਸਟ ਐਂਡ ਕੈਲਕੂਲੇਸ਼ਨ ਕਿੱਦਾਂ ਕਰਨੀ ਹੈ, ਜਿਹੜੀ ਵੀ ਉਹਦੀ ਬਿਡ ਪ੍ਰਾਈਸ ਤੇ ਆਸਕ ਪ੍ਰਾਈਸ ਹੁੰਦੀ ਆ ਉਹਦੇ ਵਿਚਲਾ ਡਿਫਰੈਂਸ ਇਜ਼ ਯੋਰ ਸਪਰੈਡ, ਉਹ ਤੁਹਾਡਾ ਸਪਰੈਡ ਆ। ਤੇ ਉਹਦੇ ਵਿੱਚ ਤੁਸੀਂ ਪਿਪਸ ਦੇਖਣਾ ਆ, ਡੈਸੀਮਲ ਪੁਆਇੰਟ ਤੋਂ 4 ਨੰਬਰ ਜਿਹੜੇ ਆ, ਉਹ ਚੌਥਾ ਨੰਬਰ ਤੁਹਾਡਾ 1 ਪਿਪ ਆ। ਸੋ ਜਿੰਨੇ ਵੀ ਉਹ ਪਿਪਸ ਦਾ ਚੌਥੇ ਨੰਬਰ ਦਾ ਡਿਫਰੈਂਸ ਆ ਬਿਟਵੀਨ ਆਸਕਿੰਗ ਐਂਡ ਬਿਡ ਪ੍ਰਾਈਸ, ਉਹ ਤੁਹਾਡਾ ਉਹਨਾਂ ਨੇ ਫੀਸ ਚਾਰਜ ਕਰਨੀ ਆ। ਸੋ ਆਲਵੇਸ ਰਿਮੈਂਬਰ ਦੈਟ। ਹੁਣ ਆਪਾਂ ਥੋੜ੍ਹਾ ਜਿਹਾ ਰਿਪੀਟ ਕਰਦੇ ਹਾਂ ਜੋ ਵੀ ਆਪਾਂ ਹਲੇ ਤੱਕ ਵੀਡੀਓਜ਼ ਦੇ ਵਿੱਚ ਕਵਰ ਕੀਤਾ। ਸੋ ਆਪਾਂ ਨੂੰ ਹੁਣ ਇਹ ਤਾਂ ਪਤਾ ਲੱਗ ਗਿਆ ਕਿ ਜਿਹੜੀਆਂ ਕਰੰਸੀਜ਼ ਹੁੰਦੀਆਂ ਉਹ ਪੇਅਰਸ ਦੇ ਵਿੱਚ ਟ੍ਰੇਡ ਕੀਤੀਆਂ ਜਾਂਦੀਆਂ, ਠੀਕ ਹੈ ਨਾ? ਇੱਕ ਜਿਹੜੀ ਸਾਰਿਆਂ ਨਾਲੋਂ ਮੇਨ ਕਰੰਸੀ ਹੁੰਦੀ, ਫਸਟ ਕਰੰਸੀ, ਉਹਨੂੰ ਅਸੀਂ ਬੇਸ ਕਰੰਸੀ ਕਹਿੰਦੇ ਹਾਂ, ਸੈਕਿੰਡ ਕਰੰਸੀ ਕੋਟ ਕਰੰਸੀ। ਸੋ ਫਸਟ ਕਰੰਸੀ ਦੇ ਨਾਲ ਅਸੀਂ ਦੂਜੀ ਕਰੰਸੀ ਬਾਏ ਜਾਂ ਸੈਲ ਕਰਦੇ ਹਾਂ। ਪਿਪ, ਪਿਪਸ ਤੁਹਾਨੂੰ ਪਤਾ ਹੈ ਕਿ ਜਿੱਦਾਂ ਜਿਹੜਾ ਡੈਸੀਮਲ ਤੋਂ ਬਾਅਦ ਜਿਹੜੇ 4 ਨੰਬਰ ਹੁੰਦੇ ਆ ਹਰੇਕ ਕਰੰਸੀ ਦੇ,
ਉਹ ਚੌਥਾ ਨੰਬਰ ਇੱਕ ਪਿਪ ਹੁੰਦਾ ਆ। ਸੋ ਚੌਥਾ ਨੰਬਰ ਜਿਹੜਾ ਬਿਡ ਤੇ ਆਸਕ ਪ੍ਰਾਈਸ ਦੇ ਵਿੱਚ ਜਿੰਨਾ ਵੀ ਡਿਫਰੈਂਸ ਹੁੰਦਾ ਉਹ ਚੌਥੇ ਨੰਬਰ ਦੀ ਪਿਪ ਜਿਹੜੀ ਆ, ਜਾਂ ਤੁਹਾਡਾ ਜਿੰਨਾ ਵੀ ਪ੍ਰੋਫਿਟ ਹੁੰਦਾ ਟ੍ਰੇਡ ਦੇ ਵਿੱਚ, ਲਾਸ ਹੁੰਦਾ, ਉਹਨੂੰ ਅਸੀਂ ਪਿਪਸ ਦੇ ਵਿੱਚ ਕਾਊਂਟ ਕਰਦੇ ਆ। ਉਹ ਨੰਬਰ ਕਿੰਨੀ ਵਾਰ ਵੱਧਦਾ ਆ ਜਾਂ ਘਟਦਾ ਆ, ਉਹ ਇੱਕ ਪਿਪ, ਇੱਕ ਨੰਬਰ ਇੱਕ ਪਿਪ ਨੂੰ ਕਾਊਂਟ ਕਰਦਾ ਆ, ਚੌਥਾ ਨੰਬਰ ਜਿਹੜਾ ਹੁੰਦਾ ਆ। ਸੋ ਇਸ ਆਪ ਸ਼ੋਰ ਤੋਂ ਸਾਨੂੰ ਚੇਤੇ ਰਹੂਗਾ। ਤੇ ਜਿਹੜਾ ਪਿਪਟ ਹੁੰਦਾ ਆ, ਪਿਪਟ ਹੁੰਦਾ ਜਦੋਂ ਉਹਦੇ ਵਿੱਚ ਪੰਜ ਨੰਬਰ ਹੁੰਦੇ ਆ, ਸੋ ਉਹਨੂੰ ਅਸੀਂ ਪਿਪਟ ਨੰਬਰ ਕਹਿੰਦੇ ਆ ਜਿਹਦੇ 'ਚ ਪੰਜ ਨੰਬਰ ਹੁੰਦੇ ਆ। ਤੇ ਬਿਡ ਪ੍ਰਾਈਸ ਉਹ ਹੁੰਦੀ ਹੈ ਜਿੱਥੇ ਮਾਰਕੀਟ ਦੇ ਵਿੱਚ ਆਪਾਂ ਕੋਈ ਵੀ ਟ੍ਰੇਡ ਨੂੰ ਬਾਏ ਕਰਨ ਲੱਗੇ ਹਾਂ ਆਪਣੀ ਬੇਸ ਕਰੰਸੀ ਦੇ ਨਾਲ, ਕੋਟ ਕਰੰਸੀ ਨੂੰ। ਸੋ ਜੇ GBP USD ਆ, ਅਸੀਂ ਉਹਨੂੰ GBP ਦੇ ਨਾਲ USD ਡਾਲਰ ਬਾਏ ਕਰਨਾ ਆ ਤਾਂ ਉਹਨੂੰ ਅਸੀਂ ਬਿਡ ਕਵਾਂਗੇ, ਤੇ ਜੇ ਉਸੇ ਕਰੰਸੀ ਨੂੰ ਅਸੀਂ ਸੈਲ ਕਰਨਾ ਆ ਉਹਨੂੰ ਅਸੀਂ ਆਸਕਿੰਗ ਪ੍ਰਾਈਸ ਕਵਾਂਗੇ ਜਾਂ ਆਫਰ ਪ੍ਰਾਈਸ ਕਵਾਂਗੇ। ਤੇ ਹੁਣ ਸਾਨੂੰ ਸਪਰੈਡ ਦਾ ਵੀ ਪਤਾ ਲੱਗ ਗਿਆ ਕਿ ਜਿਹੜਾ ਬਿਡ ਬਾਏ ਕਰਨ ਲਈ ਜਾਂ ਸੈਲ ਕਰਨ ਲਈ ਕਰੰਸੀ ਦੇ ਵਿੱਚ ਜਿਹੜਾ ਇੱਕ ਛੋਟੇ ਜਿਹਾ ਪਿਪਸ ਦਾ ਡਿਫਰੈਂਸ ਹੁੰਦਾ ਆ, ਅਸੀਂ ਉਹਨੂੰ ਸਪਰੈਡ ਕਹਿੰਦੇ ਆ। ਉਹ ਸਪਰੈਡ ਵੇਰੀਏਬਲ ਦੇ ਹਿਸਾਬ ਨਾਲ ਹੁੰਦਾ ਆ, ਤੇ ਕਈਆਂ ਐਪਸ ਦੇ ਵਿੱਚ ਫਿਕਸ ਹੁੰਦਾ, ਕਈਆਂ ਐਪਸ ਦੇ ਵਿੱਚ ਡਿਫਰੈਂਟ ਵੇਰੀਏਬਲ ਦੇ ਹਿਸਾਬ ਨਾਲ, ਟਾਈਮ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਆ। ਸਪਰੈਡ ਤੋਂ ਇਲਾਵਾ ਅਸੀਂ ਇਹਨੂੰ ਟ੍ਰਾਂਜੈਕਸ਼ਨ ਕੋਸਟ ਵੀ ਕਹਿੰਦੇ ਆ। ਟ੍ਰਾਂਜੈਕਸ਼ਨ ਕੋਸਟ ਉਹ ਹੁੰਦੀ ਆ ਜਦੋਂ ਕੋਈ ਵੀ ਅਸੀਂ ਟ੍ਰੇਡ ਓਪਨ ਕਰਦੇ ਆ, ਜਿੰਨੇ ਵੀ ਉਹ ਪਿਪਸ ਦਾ ਡਿਫਰੈਂਸ ਹੁੰਦਾ ਆ ਐਕਚੁਅਲ ਉਸ ਵੇਲੇ ਚਾਰਟਸ ਦੇ ਵਿੱਚ ਤੇ ਐਕਚੁਅਲੀ ਉਸ ਵੇਲੇ ਟ੍ਰੇਡ ਓਪਨ ਕਰਨ ਦੇ ਵਿੱਚ ਜਿੰਨੇ ਵੀ ਉਹ ਲਾਸਟ ਡੈਸੀਮਲ ਨੰਬਰਸ ਦਾ ਡਿਫਰੈਂਸ ਹੁੰਦਾ ਉਹਨੂੰ ਅਸੀਂ ਟ੍ਰਾਂਜੈਕਸ਼ਨ ਕੋਸਟ ਵੀ ਕਹਿੰਦੇ ਆ ਤੇ ਸਪਰੈਡ ਵੀ ਕਹਿ ਦਿੰਦੇ ਆ ਉਹਨੂੰ। ਤੇ ਪਿਪਸ ਦੀ ਵੈਲਿਊ ਦੇ ਹਿਸਾਬ ਨਾਲ ਅਸੀਂ ਉਹਦੀ ਐਕਚੁਅਲੀ ਕੋਸਟ ਕਾਊਂਟ ਕਰਦੇ ਆ। ਸੋ ਕ੍ਰੋਸ ਕਰੰਸੀ ਦਾ ਸਾਨੂੰ ਪਤਾ ਆ, ਪੇਅਰਸ ਜਿਹੜੀਆਂ ਹੁੰਦੀਆਂ ਜਿਹਦੇ ਵਿੱਚ US ਡਾਲਰ ਇਨਵੋਲਵ ਨਹੀਂ ਹੁੰਦਾ ਉਹਨੂੰ ਅਸੀਂ ਕ੍ਰੋਸ ਕਰੰਸੀ ਕਹਿੰਦੇ ਆ। ਸੋ ਮਾਰਜਨ ਤੇ ਆਪਾਂ ਲੀਵਰੇਜ ਦੀ ਜਿਹੜੀ ਗੱਲ ਕਰੀਏ, ਮਾਰਜਨ ਇਦਾਂ ਹੁੰਦਾ ਆ ਕਿ ਜਿੱਦਾਂ ਤੁਸੀਂ ਕੋਈ ਵੀ ਘਰ ਬਾਏ ਕਰਨਾ ਆ, ਰਾਈਟ, ਤੇ ਤੁਹਾਨੂੰ ਇੱਕ ਉਹ ਮਾਰਜਨ ਦੇਣਾ ਪੈਂਦਾ ਆ। ਮਾਰਜਨ ਇਦਾਂ ਹੁੰਦਾ ਕਿ ਉਹ ਡਿਪੋਜ਼ਿਟ ਦੇ ਕੇ ਤੁਸੀਂ ਮੋਰਗੇਜ ਲੈ ਸਕਦੇ ਆ ਉਸ ਕਿਸੇ ਵੀ ਬੈਂਕ ਦੇ ਉੱਤੋਂ। ਤੇ ਮਾਰਜਨ ਤੇ ਲੀਵਰੇਜ ਅਕਾਊਂਟ ਵੀ ਇਦਾਂ ਹੁੰਦਾ। ਮਾਰਜਨ ਉਹ ਹੁੰਦਾ ਕਿ ਜਿਹੜਾ ਤੁਸੀਂ ਡਿਪੋਜ਼ਿਟ ਰੱਖਦੇ ਆ ਟ੍ਰੇਡ ਓਪਨ ਕਰਨ ਲਈ, ਤੇ ਲੀਵਰੇਜ ਉਹ ਹੁੰਦੀ ਆ ਜਿਹੜੀ ਉਹ ਟ੍ਰੇਡਰ ਜਿਹਦੇ ਨਾਲ ਤੁਹਾਡਾ ਅਕਾਊਂਟ ਆ ਉਹ ਤੁਹਾਨੂੰ ਕਿੰਨੀ ਅਮਾਊਂਟ ਲੈਂਡ ਕਰਦੇ ਆ। ਸੋ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਮੰਨ ਲਓ ਕਿ 1,000 ਡਿਪੋਜ਼ਿਟ ਦੇ ਨਾਲ ਤੁਸੀਂ $1,00,000 ਦਾ ਦਾ ਟ੍ਰੇਡ ਕਰ ਸਕਦੇ ਆ। ਸੋ ਜਿਹੜਾ 1,000 ਹੁੰਦਾ ਆ ਜਿਹੜਾ ਉਹ ਤੁਹਾਡਾ ਹੈਗਾ ਆ ਮਾਰਜਨ, ਤੇ ਜਿਹੜਾ ਉਹ $1,00,000 ਦਾ ਜਿਹੜਾ ਡਿਫਰੈਂਸ ਆ ਉਹਦਾ £99,000 ਉਹ ਸਾਡੀ ਲੀਵਰੇਜ ਆ ਉਸ ਅਕਾਊਂਟ ਦੇ ਉੱਤੇ। ਸੋ ਇਹ ਹਮੇਸ਼ਾ ਚੇਤੇ ਰੱਖਿਓ, ਇਹ ਚੀਜ਼ ਬਹੁਤ ਖਤਰਨਾਕ ਹੁੰਦੀ ਆ ਜੇ ਤੁਹਾਨੂੰ ਇਹ ਚੀਜ਼ ਦੀ ਅੰਡਰਸਟੈਂਡਿੰਗ ਨਹੀਂ ਤੁਹਾਡੀ ਲੀਵਰੇਜ ਦੇ ਬਾਰੇ ਅਤੇ ਤੁਹਾਡੇ ਮਾਰਜਨ ਦੇ ਬਾਰੇ ਦੇ ਵਿੱਚ। ਸੋ ਇਹ ਸੀਗਾ ਥੋੜ੍ਹਾ ਜਿਹਾ ਰਿਪੀਟ, ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਆਰਡਰ ਟਾਈਪਸ ਅਤੇ ਹੋਰ ਜਿਹੜੇ ਵੇਰੀਅਸ ਟੈਕਨੀਕਲ ਐਸਪੈਕਟਸ ਆ ਉਹਦੇ ਬਾਰੇ ਗੱਲ ਕਰਾਂਗੇ, ਅਤੇ ਫਿਰ ਆਪਾਂ ਚਾਰਟਸ ਦੇ ਉੱਤੇ ਵੀ ਚੱਲਾਂਗੇ ਅਤੇ ਚਾਰਟਸ ਕਿੱਦਾਂ ਰੀਡ ਕਰਨੇ ਆ, ਕਿੱਦਾਂ ਆਪਾਂ ਅਕਾਊਂਟ ਬਣਾਉਣੇ ਆ ਜਾਂ ਕਿੱਦਾਂ ਆਪਾਂ ਟ੍ਰੇਡਿੰਗ ਸ਼ੁਰੂ ਕਰਨੀ ਆ। ਸੋ ਵੀ ਵਿਲ ਸਟੈਪ ਬਾਏ ਸਟੈਪ ਆਪਾਂ ਸ਼ੁਰੂ ਕਰਾਂਗੇ ਇਸ ਵੀਕ ਸਾਰਾ ਕੁਛ। ਥੈਂਕ ਯੂ।